ਚੱਲ ਪਿਆ। ਹਾਂਜੀ, ਸਾਰੇ ਨੂੰ ਪਹਿਲਾਂ ਦਾ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜੋ ਕਿ ਸਰਕਾਰ ਨੇ ਮੇਰੇ ਤੇ ਜੋ ਪਰਚਾ ਪਾਇਆ ਸੀਗਾ, ਉਹ ਸਾਰੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਪਤਾ ਹੀ ਹੈ ਕਿ ਉਹ ਪਰਚਾ ਬੇਬੁਨਿਆਦ, ਜਿਹੜਾ ਬਿਲਕੁਲ ਉਹ ਝੂਠਾ ਪਾਇਆ ਗਿਆ, ਜਿਹੜਾ ਕਿ ਜਿਹੜੀ ਧਾਰਾ ਇਹਨਾਂ ਨੇ ਲਾਈ ਹੈ ਉਹ ਧਾਰਾ ਬਣਦੀ ਨਹੀਂ ਸੀ ਹੈਗੀ। ਪਰ ਇਸ ਦੇ ਸੰਬੰਧ ਵਿੱਚ ਤੁਹਾਨੂੰ ਪਹਿਲਾਂ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਜਿੰਨੇ ਵੀ ਜਾਣੇ ਤੁਸੀਂ ਇਸ ਮੇਰੀ ਹੱਕ ਸਾਜ ਦੀ ਆਵਾਜ਼ ਤੁਸੀਂ ਬੁਲੰਦ ਕਰੀ ਮੇਰੇ ਨਾਲ, ਤੁਸੀਂ ਸਾਰਿਆਂ ਨੇ। ਪਰ ਮੇਰੇ ਨਾਲ ਸਾਰੀ ਡਕਾਉਂਦਾ ਜਥੇਬੰਦੀ ਦੇ ਸਾਰੇ ਸਾਡੇ ਪ੍ਰਧਾਨ ਸਾਹਿਬ, ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਖੜੇ ਨੇਗੇ। ਇਸ ਸੰਬੰਧ ਦੇ ਵਿੱਚ ਜਿਹੜੀ ਤੁਹਾਨੂੰ ਅਸੀਂ ਜਾਣਕਾਰੀ ਦੇਣੀ ਆ ਉਹ ਇਹ ਹੈ ਕਿ ਜਥੇਬੰਦੀ ਦੀ ਜਿਹੜੀ ਬੜੀ ਲੰਮੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀਗੀ ਪ੍ਰਸ਼ਾਸਨ ਦੇ ਨਾਲ, ਤੁਹਾਨੂੰ ਪਤਾ ਕਿ ਜਿਹੜੀ ਮੇਰੀ ਹਾਈ ਕੋਰਟ ਦੇ ਵਿੱਚ ਜ਼ਮਾਨਤ ਹੋਈ ਹੈ, ਪ੍ਰਸ਼ਾਸਨ ਨੇ ਵਾਅਦਾ ਕਰਿਆ ਸੀ ਕਿ ਅਸੀਂ ਉਹ ਪਰਚਾ ਜਿਹੜਾ ਉਹ ਕੈਂਸਲ ਕਰਾਂਗੇ। ਪਰ ਇਸ ਦੇ ਵਿੱਚ ਜਿਹੜਾ ਹੁਣ ਪ੍ਰਸ਼ਾਸਨ ਹੈ ਉਹ ਆਪਣੇ ਜਿਹੜੇ ਵਾਅਦੇ ਤੋਂ ਜਿਹੜਾ ਭਾਜਦਾ ਨਜ਼ਰ ਆ ਰਿਹਾ, ਉਹ ਆਪਣੇ ਜਿਹੜਾ ਇਹਨਾਂ ਨੇ ਵਾਅਦਾ ਕਰਿਆ ਸੀਗਾ ਉਹ ਵਾਅਦਾ ਨਿਭਾਉਣ ਦੇ ਵਿੱਚ, ਕਿਉਂਕਿ ਕਹਿੰਦੇ ਨੇ ਸਾਨੂੰ ਸਰਕਾਰ ਦਾ ਪ੍ਰੈਸਰ ਆ, ਸਾਨੂੰ ਸਰਕਾਰ ਦਾ ਦਬਾਅ ਹੈ। ਪਰ ਇਸ ਦੇ ਵਿੱਚ ਮੈਂ ਤੁਹਾਡੇ ਅੱਗੇ ਜਿਹੜੀ ਬੇਨਤੀ ਕਰਨੀ ਆ ਸਾਰੇ ਮੇਰੇ ਪੰਜਾਬ ਦੇ ਲੋਕਾਂ ਅੱਗੇ ਕਿ ਸਰਕਾਰ, ਤੁਹਾਨੂੰ ਪਤਾ ਹੀ ਹੈ ਕਿਵੇਂ ਮੀਡੀਆ ਦੀ ਆਵਾਜ਼, ਕਿਵੇਂ ਲੋਕਾਂ ਦੀ ਆਵਾਜ਼ ਜਿਹੜੀ ਬੰਦ ਕਰ ਰਹੀ ਹੈ। ਆਪਾਂ ਇਸ ਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ 23 ਤਰੀਕ ਦਾ ਪ੍ਰੋਗਰਾਮ ਲਿਖਿਆ ਸੀਗਾ, ਵੀ 23 ਤਰੀਕ ਨੂੰ ਅਸੀਂ ਕਿਹਾ ਸੀਗਾ ਵੀ ਜੇਕਰ ਸਰਕਾਰ ਨਹੀਂ ਪਰਚਾ ਕੈਂਸਲ ਕਰਦੀ ਤਾਂ 23 ਤਰੀਕ ਨੂੰ ਅਸੀਂ ਉਹ ਅੰਦੋਲਨ, ਜਥੇਬੰਦੀ ਦਾ ਜਿਹੜੀ ਕਾਲ ਸੀਗੀ, ਵੀ ਅਸੀਂ ਆਪਣਾ ਅੰਦੋਲਨ ਦੁਬਾਰਾ ਫਿਰ ਸ਼ੁਰੂ ਕਰਾਂਗੇ। ਉਸ ਦਿਨ ਜਿਹੜਾ ਕਿ ਮੈਨੂੰ ਬਾਅਦ ਦੇ ਵਿੱਚ ਮੈਂ ਸਾਰਾ ਸੁਣਿਆ, ਪ੍ਰਸ਼ਾਸਨ ਨੇ ਇਹ ਵਿਸ਼ਵਾਸ ਦਵਾਇਆ ਸੀਗਾ ਕਿ ਅਸੀਂ 23 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਅਸੀਂ ਉਹ ਪਰਚਾ ਕੈਂਸਲ ਕਰ ਦਾਂਗੇ। ਪਰ ਹੁਣ ਜਿਹੜਾ ਉਸ ਬਾਅਦ ਤੋਂ ਭੱਜੇ ਨੇ ਕਿ ਮੈਂ ਤੁਹਾਨੂੰ, ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਆ, ਬਾਕੀ ਤੁਹਾਨੂੰ ਡਿਟੇਲ ਦੇ ਵਿੱਚ ਸਾਰਾ ਕੁਝ ਪ੍ਰਧਾਨ ਸਾਹਿਬ ਦੱਸਣਗੇ ਵੀ ਕਿਸ ਕਿਸ ਤਰ੍ਹਾਂ ਜਿਹੜੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਸੀਗੀ। ਪਰ ਮੈਂ ਸਾਡੀ ਜਿਹੜੀ ਹੁਣ ਤੁਹਾਡੇ ਅੱਗੇ ਬੇਨਤੀ ਇਹੀ ਹੈ ਵੀ 23 ਤਰੀਕ ਨੂੰ ਅਸੀਂ ਜਿਹੜਾ ਦੁਬਾਰੇ ਫੇਰ ਇਕੱਠ ਅਸੀਂ ਇੱਥੇ SSB ਦਫ਼ਤਰ ਅੱਗੇ ਰੱਖ ਰਹੇ ਹਾਂ। ਜਿਸ ਤਰ੍ਹਾਂ ਵੀ ਜਿਹੜੀ ਜਥੇਬੰਦੀ ਦਾ ਜਿਹੜਾ ਪ੍ਰੋਗਰਾਮ ਲਿਖਿਆ ਉਸ ਤਰ੍ਹਾਂ ਅਸੀਂ ਸਾਰਿਆਂ ਨੇ ਚੱਲਣਾ ਉਸ ਪ੍ਰੋਗਰਾਮ ਤੇ। 23 ਤਰੀਕ ਨੂੰ ਜਿਹੜੀ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਵੀ ਆਪਾਂ ਜਿਹੜਾ 23 ਤਰੀਕ ਨੂੰ ਦੁਬਾਰੇ ਫੇਰ ਇੱਥੇ ਇਕੱਠ ਕਰਨਾ, ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ। ਬਾਕੀ ਜਿਹੜੀ ਅਗਲੀ ਗੱਲਬਾਤ ਉਹ ਪ੍ਰਧਾਨ ਸਾਹਿਬ ਤੁਹਾਨੂੰ ਦੱਸਣਗੇ। ਹਾਂਜੀ ਪ੍ਰਧਾਨ ਸਾਹਿਬ ਜੀ। ਹਾਂਜੀ, ਜੋ ਆਪਣੇ ਭਰਾ ਸੰਘਰਸ਼ੀ ਭਰਾ, ਆਪਣਾ ਇਹਨਾਂ ਦਾ ਪਰਿਵਾਰ ਪੂਰਾ, ਆਪਣੇ ਭਾਂਡੇ ਸਿੱਧੂ ਤੇ ਤੇ ਇਸ ਦੇ ਭਰਾ ਜਿਹੜਾ ਭਰਾ ਛੋਟਾ ਆਵਣਾ, ਉਹਦੇ ਤੇ ਨਜਾਇਜ਼ ਜਿਹੜਾ ਪਰਚਾ ਪਾਇਆ ਗਿਆ ਸੀਗਾ ਆਵਾਜ਼ ਦਬਾਉਣ ਲਈ, ਜਿਵੇਂ ਕੋਸ਼ਿਸ਼ਾਂ ਸਰਕਾਰ ਕਰ ਰਹੀ ਆ ਵਾਰ ਵਾਰ ਕਿਤੇ ਕਿਸੇ ਅਧਾਰੇ ਤੇ ਮੀਡੀਆ ਦੇ ਤੇ, ਜੋ ਸੱਚ ਬੋਲਦਾ ਉਹਦੀ ਆਵਾਜ਼ ਲਗਾਤਾਰ ਬਦਲਾਅ ਦੇ ਨਾਮ ਤੇ ਬਣੀ ਸਰਕਾਰ ਦਬਾਉਂਦੀ ਆ ਰਹੀ ਆ। ਇਸ ਬਾਬਤ 13 ਤਰੀਕ ਨੂੰ 13 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਹਿਯੋਗ ਨਾਲ ਨਗਰ ਨਿਵਾਸੀਆਂ ਨੇ, ਹੋਰ ਭਾਨੇ ਸਿੱਧੂ ਭਰਾ ਦੇ ਜਿਹੜੇ ਚਾਹੁਣ ਵਾਲੇ ਸੀਗੇ ਉਹਨਾਂ ਨੇ, ਸਮਰਥਕਾਂ ਨੇ, ਸਾਰਿਆਂ ਨੇ ਇੱਥੇ ਰੋਸ ਮੁਜ਼ਾਹਰਾ ਕੀਤਾ ਸੀ। ਉਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਆ ਕੇ ਜੋ ਵਾਅਦਾ ਕੀਤਾ ਸੀ ਇੱਕ ਹਫ਼ਤੇ ਦਾ, ਵੀ ਇੱਕ ਹਫ਼ਤੇ ਦੇ ਵਿੱਚ ਜੋ ਆਮਣੇ ਤੇ ਭਾਨੇ ਸਿੱਧੂ ਦੇ ਭਰਾ ਤੇ ਛੋਟੇ ਤੇ ਜੋ ਪਰਚਾ ਪਾਇਆ ਸੀ ਉਹ ਉੱਥੇ ਮੰਨ ਕੇ ਗਏ ਸੀ ਵੀ ਹਾਂਜੀ ਹੈਗਾ ਨਜਾਇਜ਼, ਇਹਨੂੰ ਹਫ਼ਤੇ ਦੇ ਵਿੱਚ ਸਾਰਾ ਇਹ ਖਤਮ ਕੀਤਾ ਜਾਊਗਾ, ਇਹਨੂੰ ਏਸੀਆਂ ਜੋ ਵੀ ਧਾਰਾ ਨੇ ਸਾਰੀਆਂ ਖਤਮ ਕਰਕੇ ਮਤਲਬ ਉਹਨੂੰ ਨਰੋਲ ਬਾਹਰ ਕੱਢਿਆ ਜਾਊਗਾ ਉਹ ਚੋਂ। ਪਰ ਜੋ ਹੁਣ ਤੱਕ ਦੀ, ਅੱਜ ਤੱਕ ਦੀ ਜੋ ਰਿਪੋਰਟ ਆਈ ਆ 21 ਤਰੀਕ ਤੱਕ ਦੀ, ਉਹਦੇ 'ਚ ਜੋ ਪ੍ਰਸ਼ਾਸਨ ਦਾ ਵਤੀਰਾ ਗਾ ਉਹ ਨਿੰਦਣਯੋਗ ਆ, ਨਾ ਤਾਂ ਉਸ 'ਤੇ ਕੋਈ ਹਜੇ ਤੱਕ ਕਾਰਵਾਈ ਹੋਈ ਆ, ਕਾਗਜ਼ੀ ਕਾਰਵਾਈ ਕੋਈ ਨਹੀਂ ਹੋਈ, ਸਿਰਫ ਗੱਲਾਂ ਦਾ ਕੜਾਹ ਬਣਾਇਆ ਜਾ ਰਿਹਾ, ਪ੍ਰਸ਼ਾਸਨ ਵੱਲੋਂ ਟਾਲ ਮਟੋਲ ਕੀਤਾ ਜਾ ਰਿਹਾ। ਸੋ ਇਸ ਬਾਬਤ ਜੋ 23 ਤਰੀਕ ਦਾ ਇੱਥੇ ਅਸੀਂ ਮੁਜ਼ਾਹਰਾ ਰੱਖਿਆ ਹੋਇਆ ਰੋਸ ਮੁਜ਼ਾਹਰਾ, ਇਸ ਧੱਕੇ ਬਾਬਤ ਉਹਦੀਆਂ ਸਾਡੀਆਂ ਤਿਆਰੀਆਂ ਨੇ। 23 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੂਰੇ ਆਪਦੇ ਲਾਮ ਲਸ਼ਕਰ ਨਾਲ ਇੱਥੇ ਪਹੁੰਚੇਗੀ ਤੇ ਪੂਰਾ ਸਹਿਯੋਗ ਕਰੇਗੀ, ਤੇ ਜਿੰਨਾ ਚਿਰ ਇਨਸਾਫ਼ ਨਹੀਂ ਮਿਲੂਗਾ ਉਸ ਦੀ ਅੱਗੇ ਕਾਰਵਾਈ ਲਈ ਕੇ ਸਾਡਾ ਜਿਹੜਾ ਮੁਜ਼ਾਹਰਾ ਚੱਲਦਾ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਗੱਲ ਕਰਨੀ ਪ੍ਰਧਾਨ, ਮੈਂ ਜਿਹੜਾ 23 ਤਰੀਕ ਦਾ ਪ੍ਰੋਗਰਾਮ ਹੈ ਉਸ ਤੇ ਲੋਕਾਂ ਨੂੰ, ਸਾਡੇ ਭੈਣਾਂ ਨੂੰ, ਸਾਡੇ ਵੀਰਾਂ ਨੂੰ, ਬਜ਼ੁਰਗਾਂ ਨੂੰ ਸੱਦਾ ਦਿੰਦਾ ਵੀ 23 ਤਰੀਕ ਨੂੰ ਜਿਹੜਾ ਸਾਥੀਆਂ ਦਬਾਉਣ ਦੇ ਵਾਸਤੇ ਇੱਥੋਂ ਦਾ ਪ੍ਰਸ਼ਾਸਨ ਤੇ ਖਾਸ ਕਰਕੇ ਪੰਜਾਬ ਸਰਕਾਰ ਲੱਗੀ ਹੋਈ ਹੈ ਉਸ ਨੂੰ ਆਜ਼ਾਦੀ ਦਿਵਾਉਣ ਦੇ ਵਾਸਤੇ ਵੀਰਾਂ ਨੂੰ ਬੇਨਤੀ ਕਰਦਾ, ਆਓ 2 ਵਜੇ ਤੱਕ SSB ਦਫ਼ਤਰ ਦੇ ਧਰਨਾ ਦੇਵਾਂਗੇ। ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਵੜੀਏ, ਕੋਈ ਬੱਚਾ ਰੋਡ ਰੋਕੀਏ, ਉਹ ਇੱਥੋਂ ਦੇ ਪ੍ਰਸ਼ਾਸਨ ਫੈਸਲਾ ਕਰ ਲਏ, ਅਸੀਂ ਫੈਸਲਾ ਕਰ ਰੱਖਿਆ ਗਾ ਵੀ ਜਦੋਂ ਝੂਠੇ ਪਰਚੇ ਪਾਉਂਦੀ ਹੈ ਸਰਕਾਰ, ਪੁਲਿਸ ਅੱਖਾਂ ਮੀਚ ਕੇ ਨਿਰਦਈ ਬਣਾ ਕਰਕੇ ਜਿਹੜਾ ਗਲ ਵੱਢਣ ਤੇ ਲੱਗੀ ਹੋਈ ਹੈ ਉਹਨੂੰ ਰੋਕਣ ਦੇ ਵਾਸਤੇ ਜਿਹੜੇ ਵੀਰ ਨੇ ਸਾਡੇ
ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਤੇ ਸੱਚੀ ਆਵਾਜ਼ ਆ ਜਿਹੜੀ ਐਮ ਐਚ ਉੱਪਰ ਬੁਲੰਦ ਆ, ਲੋਕਾਂ ਚ ਮਿਹਨਤ ਕਰਨ ਵਾਲੇ ਲੋਕਾਂ ਦੇ ਹੱਕ ਦੀ ਆਵਾਜ਼ ਆ ਜਿਹੜੀ ਉਹ ਵੱਜਦੀ ਰਹੇ। ਇਸ ਕਰਕੇ ਮੈਂ ਇਹੀ ਬੇਨਤੀ ਕਰਦਾ, ਆਓ ਤੇ ਆਪਾਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਿਹੜਾ ਵਾਅਦਾ ਕਰਿਆ ਸੀ ਉਸੇ ਲੀਹ ਤੇ ਦੁਬਾਰੇ ਲਿਆ ਕੇ ਪਰਿਵਾਰ ਨੂੰ ਇਨਸਾਫ ਦਵਾਈਏ। ਬੋਲਣਾ ਪਤਾ ਸਰ ਤੇ ਬਸ, ਬਾਕੀ ਜਿਹੜੀ ਤੁਹਾਨੂੰ ਅਗਲੀ ਜਿਹੜੀ ਪਰਸੋਂ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਪਿੰਡਾਂ ਦੇ ਵਿੱਚ ਕਿਵੇਂ ਕਿਵੇਂ ਜਾਣਾ? ਮੈਂ ਅਸੀਂ ਸਾਰੇ ਪਿੰਡਾਂ ਦੇ ਵਿੱਚ ਆ ਰਹੇ ਹਾਂ, ਹੁਣ ਧਰਨਾ ਵੀ ਉਵੇਂ ਜਿਕਰੂ ਚੱਲਦਾ ਰਹੂਗਾ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਦੱਸਿਆ ਵੀ ਸੜਕਾਂ ਰੋਕਣ ਦਾ ਵੀ ਜਿਹੜਾ ਉਹ ਪ੍ਰੋਗਰਾਮ ਲਿਖਾਂਗੇ। ਉਸ ਤਰ੍ਹਾਂ ਜਿਵੇਂ ਵੀ ਤੁਹਾਨੂੰ ਪ੍ਰੋਗਰਾਮ ਹੁੰਦਾ ਉਹ ਤੁਹਾਨੂੰ ਦੁਬਾਰੇ ਅਪਡੇਟ ਕਰਦੇ ਰਹਾਂਗੇ। ਬਾਕੀ ਜਿਹੜਾ 23 ਤਰੀਕ ਦਾ ਪ੍ਰੋਗਰਾਮ ਹੈ ਉਹ 9:10 ਵਜੇ ਸਾਰੇ ਇੱਥੇ ਭੈਣ ਭਰਾਵਾਂ ਅਸੀਂ ਪਹੁੰਚਾਂਗੇ। ਸਾਰਿਆਂ ਨੂੰ ਬੇਨਤੀ ਹੈ, ਅਸੀਂ ਕੋਈ ਸਾਡਾ ਇਹ ਰਾਜਨੀਤਿਕ ਪਾਰਟੀਆਂ ਦਾ ਅਸੀਂ ਸਾਡਾ ਜਿਹੜਾ ਅਸੀਂ ਉਹਨਾਂ ਦਾ ਕਿਸੇ ਦਾ ਕੋਈ ਸਾਡਾ ਸਾਡਾ ਬਾਈਕਾਟ ਜਿਵੇਂ ਜਥੇਬੰਦੀ ਦਾ ਹੁੰਦਾ ਹੀ ਹੈ, ਪਰ ਜਿਹੜੇ ਲੋਕ ਪੰਜਾਬ ਦੇ ਹਿੱਤਾਂ ਨੂੰ, ਪੰਜਾਬ ਦੀ ਆਵਾਜ਼, ਪੰਜਾਬ ਦੇ ਹੱਕਾਂ ਲਈ ਲੜਦੇ ਨੇਗੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਸੰਘਰਸ਼ੀ ਲੋਕਾਂ ਨੂੰ ਕਿ ਇੱਥੇ ਵੱਧ ਤੋਂ ਵੱਧ ਪਹੁੰਚੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।